चलो भाई फाइनली शॉपिंग टाइम शुरू। शॉपिंग कॉस हार्बर, शॉपिंग सेंटर कॉस हार्बर आ गई। कार सरदार जी ने कार्ड फड़ा दिता, इंदा ले लो बस जो कुछ लेना था। और अब शॉपिंग कर रही है, चीज़ों को तो पहन रहे थे। This one, टारगेट आ गया। टारगेट तो मिले जैक सिमोंस मैनस वियर गुलंदे तुसी देख लेनी सी, इत्थे कोई शर्ट शूट है मैनू ना समझ नहीं आती यार, टेंपरेचर 30 डिग्री का होंगे गा। बस जाई जाने जी, जाई जाने, थक चुकी हूँ हूं तो। हूँ बाहर वाली दुकाना ते घूम के एंटर हो गए अंदर सैलून आ गया जी। अज तक इन कोई शू वाली शॉप नहीं मिली, ਤਾਂ ਕਰਕੇ ਗੁੱਸੇ 'ਚ ਥੋੜ੍ਹੀ ਲਾਲ ਪੀਲੀ ਜਿਹੀ ਹੋ ਜਾਂਦੀ ਹੈ। ਸ਼ੂ ਸ਼ੋਪ ਮਿਲਦੇ, ਚਲ ਸ਼ੂ ਪਰੇ ਸ਼ੂ ਲੈਤੇ ਜਾਣ। ਇੱਥੇ ਤਾਂ ਨਹੀਂ ਮੇਰੇ ਖਿਆਲ 'ਚ ਹੋਊਗੀ, ਫੂਡ ਮਾਰਕੀਟ 'ਚ ਹੀ ਆ ਗਈ ਹੈ। ਆਇਆ ਇੱਧਰ ਚੈੱਕ ਕਰੇ ਉਹਨੇ, ਆ ਜਾ ਕੇ ਫਰੰਟ 'ਤੇ ਦੇਖ ਕੇ ਆਉਣਾ ਪਾਣੀ। ਫਿਰ ਕੱਪੜੇ ਇੱਥੇ ਸੋਹਣੇ ਲੱਗਦੇ ਨੇ ਰਾਜੂ, ਦੇਖ आज ट्राई करके ये कपड़े। 2 मिनट जी, बस 2 मिनट। इन्हें बड़ा ही धोखा करते हैं, 50% डिस्काउंट कह के ना 50% फ्रंट पे कहते हैं, 50% डिस्काउंट ये तो उतने काम करते जाने अपने कहते हैं। जी तो सिर्फ बाय करते हो देन ना, सिर्फ 50% डिस्काउंट। मैं तो कहनी है ब्लू वाला लेना,
ਬੋਲਦੇ ਰਹੀਆਂ ਗੋਲੀਆਂ ਤੋਂ ਥੱਲੇ ਚੱਲ ਚੁੱਕਾ ਪਸੰਦ ਲੈ ਲਾ ਇੱਕ ਅੱਧੀ ਤਾਂ ਕੁਛ ਨਾ ਕੁਛ ਤਾਂ ਲੈ ਲੈਣਾ ਚਾਹੀਦਾ ਬੰਦੇ ਨੂੰ ਕਰੀ ਜਾਂਦੀ ਹੈ ਸਿਲੈਕਟ ਪਰ ਇਹਨੂੰ ਪਸੰਦ ਬੜੀ ਲੇਟ ਹੀ ਆਉਂਦਾ ਹੈਗਾ ਪੂਰਾ ਕੋਸ ਹਰਬਰ ਗਾ ਦਿੱਤਾ ਪਰ ਅਜੇ ਤੱਕ ਇਹਨੂੰ ਕੋਈ ਕੁਛ ਪਸੰਦ ਨਹੀਂ ਆਇਆ ਜੀ ਲਓ ਜੀ ਕ੍ਰਿਸਮਿਸ ਕਰਕੇ ਬਹੁਤ ਜ਼ਿਆਦਾ ਡੈਕੋਰੇਟ ਕੀਤਾ ਹੋਇਆ ਟ੍ਰੀਸ ਬਣੇ ਹੋਏ ਨੇਗੇ ਬੱਚਿਆਂ ਦੇ ਨਾਲ ਇੱਥੇ ਪਿਕਸ ਲਈਆਂ ਜਾਂਦੀਆਂ ਨੇ ਜੈਸਮਿਨ ਵੀ ਲੈਣਾ ਚਾਹੁੰਦੀ ਹੈ ਫੋਟੋ ਵੀ ਆਪਾਂ ਦੇਖਦੇ ਬੜਾ ਸੋਹਣਾ ਬਣਾਇਆ ਹੋਇਆ ਡੈਕੋਰੇਟ ਕੀਤਾ ਹੋਇਆ ਜਿਵੇਂ ਆਪਣੀ ਦੀਵਾਲੀ ਨੂੰ ਸਾਰੇ ਇੱਥੇ ਲਾਈਟਿੰਗ ਹੁੰਦੀ ਹੈ ਇੱਥੇ ਕ੍ਰਿਸਮਿਸ ਦੇ ਲਈ ਲਾਈਟਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਬੜਾ ਸ਼ੋਪਿੰਗ ਸੈਂਟਰਾਂ ਦੇ ਵਿੱਚ ਇਹਦੀ ਡੈਕੋਰੇਟ ਕੀਤੀ ਜਾਂਦੀ ਹੈ ਅਤੇ ਲੋਕ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਕਰਵਾਉਂਦੇ ਨੇ $12, $15 ਸੈਂਟਰ ਦੇ ਨਾਲ ਬੁੱਕ ਕਰਵਾਓ ਬੜਾ ਸੋਹਣਾ ਬਣਾਇਆ ਹੋਇਆ ਫਾਈਨਲੀ 2 ਘੰਟਿਆਂ ਜਿੱਦੂ ਜਹਾਜ਼ ਬਾਅਦ ਸ਼ੋਪਿੰਗ ਸੈਂਟਰ ਛੱਡਣ ਲੱਗੀ